अपन चलो 8 दिन बाद ना नंबर दरा क्यों है। हां जी माशाल्लाह। ए गंदम अपनी कितने दिन दी होगी? ए गंदम हो गई तकरीबन 40 दिन दी होगी। 40 दिन तो ज्यादा होगी। नहीं 40 दिन दी है। ये आप 4 नवंबर को बीजी थी। 4 नवंबर 4 तारीख है। आ 4 तारीख की होगी। ए नवंबर नहीं जनवरी दी 4 होगी। हां दिसंबर भी जग गया। 2 महीने ने होगी। 2 महीने हो गए। हाँ जी माशाल्लाह बड़ी अच्छी खड़ी। ओंदे बराबर ही नहीं गुलाबी होगी। हाँ ऐ वे कैसी बन गया बुक ऐ हम सेम तेरे के ना मोड़ मुड़ा है की चीज ऐ कड़ी बूटी छुटी। हाँ आ स्प्रे थोड़ी स्ट्रैप कड़ी कीती दोगी नहीं शक्ल जी कीती वो मैंने कीती ਜਿਹੜੀ ਤੂੰ ਅਸੀਂ ਵਿਰਲੀ ਚੈੱਕ ਕਰ ਖਾਂ ਬੜੀ ਜ਼ਬਰਦਸਤ ਹੋ ਗਈ ਹੈ ਰਲ ਗਈ ਮਾਸ਼ਾਅੱਲਾ ਹਾਂ ਵਿਰਲੀ ਵਿਰਲੀ ਨਹੀਂ ਤਾਂ ਇਨਸ਼ਾਅੱਲਾ ਖੱਟੇ ਅੱਲਾ ਤਾਲਾ ਹੁਣ ਧੁੱਪਾ ਖੱਡੇ ਬਸ ਹਾਂਜੀ ਹਾਂਜੀ ਇਨਸ਼ਾਅੱਲਾ ਧੁੱਪ ਦੀ ਜ਼ਰੂਰਤ ਹੈ ਸਫਲ ਬਿਲਕੁਲ ਇਹ ਦਿਲਕਸ਼ ਵੀ ਹੈ ਵੈਰਾਈਟੀ ਹੈ ਕਿਹੜੀ ਇਹ ਵਾਲੀ ਦਿਲਕਸ਼ ਤਾਂ ਮੇਰੇ ਵਾਲੀ ਨਹੀਂ ਉਹ ਆਪਣਾ ਅਰੂਜ 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 ਉਹ ਦਿਲਕਸ਼ ਹੈ ਇਹ ਅਰੂਜ ਹੈ ਇਹ ਅਰੂਜ अगे चली गई। सर्दी बहुत पै रही है। हाँ जी बिल्कुल ਐਨੇ ਦੁਬਾਰਾ ਫਿਰ ਪਾਣੀ ਲੈ ਜੋ ਬੰਦੀ ਗਈ ਸੀ ਤਾਂ ਕਿੰਨੇ ਉਹ 2-3 ਆਪਣੀ ਨੂੰ ਕਿੰਨੇ ਪਾਣੀ ਹੋ ਗਏ ਨੇ ਆਪਣੀ 2 ਹੀ ਬਸ ਲਾਏ ਨੇ ਹਾਂ ਮਾਸ਼ਾਅੱਲਾ 2 ਪਾਣੀ ਲਾਏ ਨੇ ਡੀਏਪੀ ਵੇ ਕੈਸੀ ਕਰੀ ਹਾਂ ਯਾਰ ਜੋ ਵੀ ਨਾ ਡੀਏਪੀ ਡੀਏਪੀ ਹਾਂਜੀ ਹਾਂ ਬਿਲਕੁਲ ਬਾਕੀ ਜੋ ਵੀ ਨਾ ਇਹ ਹੁਣ ਇਹਨਾਂ ਬੂਟੇ ਨੂੰ ਇਨਸ਼ਾਅੱਲਾ ਕਵਰ ਕਰ ਲੈਣੀ ਜਗ੍ਹਾ ਹਾਂਜੀ ਹਾਂ अपना ही हो जाना कर देता अच्छा था। ये हम बंदी तो बाद इन एक पानी ला दिए बस चलो वापस चलिए इधर नहीं इधर नहीं इधर चलिए एक इन्हें गंदम हूँ फिर जडुआ होने बीजी हुई किसी ने हाँ रजू क्या दी ठीक अल्लाह का शुक्र बस सर्दी पैंदी यार तां नहीं आया गया वरना मैं जल्दी आ जांदा अज बस है हाँ जी ਅਮਰੂਦ ਇਹ ਉਹ ਬੰਨੇ ਤੇ ਲਾਵਾਂਗੇ ਇਨਸ਼ਾਅੱਲਾ ਹਾਂ ਵਿਚਲੇ ਸਹੀ ਹੈ ਸਰਦੀ ਨਾਲ ਪੌਦੇ ਵੀ ਇਹ ਹੋਏ ਫਿਰ ਨਿੰਬੂ ਵਗੈਰਾ ਸਭ ਹਾਂਜੀ पानी घट चले पानी चढ़े को
ਕਈ ਲੋਕ ਬੀਜ ਰਹੇ ਨੇ ਉਹ ਖੇਲੀਆਂ ਦੇ ਗੰਦਮ ਵੱਟਰ ਦੇ ਅੰਦਰ ਬੀਜ ਬਹੁਤ ਬੀਜ ਰਹੇ ਨੇ ਪਲਾਂਟਰ ਦੀ ਖੇਲ ਕਿਵੇਂ ਆਪਾਂ ਨਹੀਂ ਕਮਾਨ ਦਾ ਨਹੀਂ ਜਿਵੇਂ ਬੀਜੀ ਸੀ ਉਵੇਂ ਦੀ ਬੀਜ ਰਹੇ ਨੇ ਉੱਧਰ ਉਹ ਵੀ ਠੀਕ ਹੈ ਇੱਕ ਬੀਜ ਰਹੇ ਨੇ ਪਲਾਂਟ ਜਾਣੀ ਬਣਾ ਤੇ ਪਲਾਂਟਰ ਵਾਲੀ ਖੇਲ ਬਣਾਉਂਦੇ ਨੇ ਉਹ ਬਹੁਤ ਜ਼ਬਰਦਸਤ ਉਹਦੀ ਖੜੀ ਗੰਦਮ ਉਹ ਵੱਢਣ ਨਹੀਂ ਕਰਨੀ ਬੜੀ ਔਖੀ ਹਾਂ ਇਹ ਹੈ ਵੱਢਣੀ ਥੋੜ੍ਹੀ ਜਿਹੀ ਮੁਸ਼ਕਲ ਹੈ ਅੱਲਾਹ ਤਾਲਾ ਖੈਰ ਕਰੇ ਇਨਸ਼ਾਅੱਲਾ ਬੜੀ ਜ਼ਬਰਦਸਤ ਹੋ ਜਾਏਗੀ ਸਾਰੀ ਰਲ ਜਾਏਗੀ ਰਲੇ ਖੜੀ ਇਨਸ਼ਾਅੱਲਾ ਇਹਨੇ ਕੀ ਰਹਿ ਰੰਗ ਵੀ ਅੱਛਾ ਖੜਾ ਸਾਰੀ ਦਾ ਡੇਢ ਕਿਲੋ ਦਾ ਸਾਰੇ ਦਾ ਰੰਗ ਅੱਛਾ ਖੜਾ ਹੈ ਆ ਬੰਨਣ ਵਾਲਾ ਚੰਗਾ ਨਹੀਂ ਕਿਤੇ ਕੋੜ ਕੱਢਦਾ ਬਿਹਤਰੀਨ ਚਲੀ ਗਈ ਉਹਨੂੰ ਪੱਠੇ ਚੁਕਾ ਦੇ ਬਾਈ ਇੱਥੇ ਮੋਟਰਸਾਈਕਲ ਜਾਣੇ ਨੇ ਡਬਲ ਤਾਂ ਕਿੱਧਰ ਗਿਆ ਹਾਂ ਸੁੰਡੀ ਜਿਹੜੀ ਹੈ ਉਹ ਪੈ ਜਾਂਦੀ ਹੈ ਨਾ ਯਾਰ ਆ ਤੇਰੇ ਸੰਪ ਉਹ ਸਪਰੇ ਮਾਰਨ ਆਵੇ ਤੁਹਾਨੂੰ ਇੱਕ ਉਧਰ ਮੇਰਾ ਬੇਲੀ ਨੇ ਸਾੜ ਲਈ ਜਿੱਥੇ ਮੈਂ ਰਹਿਣਾ ਹਾਂ ਉਹ ਸਮਾਂ ਤੇ ਬੰਨੇ ਦੇ ਨਾਲ ਦੇ ਉਹ ਆਪ ਦੀ ਹੁੰਦੀ ਹੈ ਕਿ ਨਾਲ ਉਹ ਸਪਰੇ ਮਾਰ ਬੈਠਾ ਹਾਂ ਗੰਦਮ ਹਾਂ ਸਾਰੇ ਸੜ ਗਏ ਰੋੜਾ ਨੇ ਪੂਰਾ ਕੱਟੇ ਤੇ ਬੜਾ ਸੱਤਾ ਨੇ ਯਾਰ ਇਹ ਮੇਰਾ ਮਾਈ ਮਾਸ਼ਾਅੱਲਾ ਸਰੋਂ ਅੱਛੀ ਖੜੀ ਤੇਰੀ ਹਾਂ ਨੰਬਰਦਾਰ ਆ ਮਾਸ਼ਾਅੱਲਾ ਕਿੱਥੇ ਬਣਾ ਰਹੇ ਹਾਂ ਅਸੀਂ ਕਿੱਥੇ ਸਾਡੇ ਸੱਤੂ ਨੇ ਬਣਾ ਤੇ ਭਾਵੇਂ ਕਿੱਡਾ ਤੇਜ਼ ਆ ਮੜੀ ਜਦਾਂ ਮੋਬਾਈਲ ਤੇ ਬਰਸੇਨ ਤਾਂ ਵਾਕਈ ਕੋਈ ਨਹੀਂ ਯਾਦ ਨਹੀਂ ਤੋੜ ਕਾਸਣੀ ਕਰੀ ਖੜੀ ਬਸ ਇੱਥੇ ਹਰ ਸਾਲ ਹੋ ਗਿਆ ਬਜਿੰਦਿਆਂ ਨੂੰ ਬਜਿੰਦਿਆਂ ਨੇ ਮੰਦੀ ਨਹੀਂ ਪਿਜਾ ਇਹ ਬਰਸੇਨ ਕਾਸਣੀ ਤਾਂ ਹੋ ਜਾਏਗੀ ਨਾ ਹਾਂਜੀ ਬਰਸੇਨ ਨਹੀਂ ਮੰਦੀ ਬਲਕਿ ਇੱਥੇ ਤਾਂ ਪਾਲਕ ਦਾ ਛੱਟਾ ਦੇ ਕਿਹਾ ਰਹੇ ਸੀ ਕਿਹੜੇ ਚ ਆ ਸਾਰੇ ਚ ਬਰਸੇਨ ਪਾਲਕ ਹਾਂ ਗੰਦ ਹੋ ਗਿਆ ਦਾਦਾ ਕਣਕ ਨਰਮ ਮਾਰੇ ਨਾ ਗੰਦ ਸੜ ਜਾਏਗਾ ਬਸ ਯਾਰ ਇਹ ਗੰਦ ਵੇਖੀ ਨਾ ਬਸ ਇੱਕ ਵਾਰੀ ਆਹਲੀ ਜ਼ਮੀਨ ਨੂੰ ਪੈ ਜਾਵੇ ਨਾ ਇਹ ਪੋਸ ਪੋਸ ਕਰਦੀ ਪਈ ਕਿ ਹਾਂਜੀ ਆਹਲੀ ਬਹੁਤ ਪਈ ਸੀ ਇੱਥੇ ਬਲਕਿ ਉਹ ਢੇਰ ਦਾ ਪੂਰਾ 6 ਮਹੀਨੇ ਦਾ ਪਿਆ ਹੀ ਰਿਹਾ ਨਹੀਂ ਸਾਰੀ ਚੀਜ਼ ਬੜੇ ਆਲੀ ਇਹਦੇ ਆਲੀ ਬੜੀ ਹੈ ਬਸ ਸਿਰਫ ਇਸ ਬਨ ਸੇਮ ਨੇ ਮੈਨੂੰ ਤੂੰ ਕਣਾ ਕਰ ਚਾ ਇੱਥੇ ਹਾਂਜੀ ਨਰਮਾ ਕਰ ਚਾ ਇੱਥੇ ਅਨੀਆਂ ਪਾ ਦੇ ਚੱਲ ਭਾਈ ਅੱਛਾ ਬਿਲਕੁਲ ਇਹ ਨਾ ਆਲੀ ਦੇ ਬੜੇ ਰਾਹ ਵੱਖਰੇ ਚਲੋ ਤੂੰ ਤਾਂ ਮਾਸ਼ਾਅੱਲਾ ਟਾਈਮ ਨਾਲ ਲੈ ਜਾ ਪੱਠੇ ਤੂੜੀ ਹੋਣੀ ਹੈ ਤੂੜੀ 1000 ਰੁਪਏ ਮਾਣ ਹੋਈ ਪਈ ਯਾਰ ਬਸ ਵੇਖ ਲੈ ਯਾਰ ਉਹ ਮਾਲ ਵੀ ਔਖਾ ਹੋਇਆ ਖੜਾ ਹੈ ਹਾਂਜੀ 1100 ਚੱਲੀ ਜਾਂਦੀ 1200 ਚੱਲੀ ਜਾਂਦੀ ਕੋਈ ਯਾਰ ਨਹੀਂ ਹੋਣਾ ਤੂੜੀ ਅੱਛਾ